हाय गाइस, तो हाय गाइस, वेलकम बैक टू न्यू ब्लॉग। तो मेरे बोलन नू इग्नोर करो क्योंकि इत्थे मेरे ना चाह पै गई सीगी गर्म, ते तां करके इदां। ते असीं हुण चले आं शहर, बहुत ठंडा मौसम अज्ज, ते असीं कुछ जरूरी काम लई जाणा सी बैंक च, जाणा सी स्पैशल, मतलब जरूरी हुंदा ही आ कोई काम। बाकी ना अज्ज देखो मौसम मींह पै के हटिया, ठंडा मौसम आ, ते पहले कार साफ कर लईए, फिर शहरों हो आईए समान नाले थोड़ा जिहा लैके आउणा। चल चलिए, चला बई गड्डी, जरूरी काम लई डैडी उन्हां नूं पुछना पैना भी शहर जाना वा कि नहीं, इसलिए पहले डैडी उन्हां को हो के आने आपां। ते इधर रज्जी आ, जदों की ये भूतनी बनी सी, वह भी यह लुके दी, उस च की बनी सी ਵਿਆਹ ਦੇ ਵਿੱਚ ਗੋਸਟ ਬਣ ਕੇ ਗਈ ਸੀ ਉਹ, ਆਪਣੀ ਵੀਡੀਓ ਪਤਾ ਨਹੀਂ ਕਿਸੇ ਤਰੀਕੇ ਨਾਲ ਉੱਡ ਗਈ ਸੀਗੀ ਯੂਟਿਊਬ ਵੱਲੋਂ ਹੀ, ਡਰ ਗਏ ਜ਼ਿਆਦਾ ਲੋਕ ਅਤੇ ਉੱਡ ਗਈ, ਚਲੋ ਲਾ ਲਓ। ਅਤੇ ਬਾਕੀ ਉਹ ਮੈਂ ਕਿਸੇ ਹੋਰ ਚੈਨਲ 'ਤੇ ਪਈ ਵੀ ਹੋਈ ਆ, ਅਤੇ ਆਪਾਂ ਯੂਜ਼ ਕਰ ਸਕਦੇ, ਪਰ ਆਪਾਂ ਪਾਉਣੀ ਨਹੀਂ, ਕੋਈ ਫਾਇਦਾ ਵੀ ਨਹੀਂ ਆ। ਅਤੇ ਆਪਾਂ ਤੁਰੇ ਜਾਂਦੇ ਹਾਂ, ਮੋਟਰ 'ਤੇ ਡੈਡੀ ਉਹਨਾਂ ਨੂੰ ਪੁੱਛ ਲਈਏ ਵੀ ਸ਼ਹਿਰ ਜਾਣਾ ਵਾ, ਜਾਣਾ ਜ਼ਰੂਰੀ ਹੈ ਨਾ। ਫਿਰ ਮੈਂ ਹੀ ਕਰਾਂ, ਪਹਿਲਾਂ ਕਣਕ ਸਾਬਾ ਕੀ ਕੰਮ ਬਾਅਦ 'ਚ मैगी बनाई सी। चलो गाइस, वैसे डैडी उन्होंने जाना शहर, मतलब जरूरी काम लई शॉपिंग शुपिंग भी करनी सी ना, पर डैडी हुणी मन्ने नहीं, तरज्जी दी उल्ट बेइज्जती हो गई आ। फिर असि चले हुण, चलो जी, फड़ लिया चूहा, इन्ने दलै मनती नेरी, किन्ने फड़ लिया, इन्ने ओवे ओवे ओवे, उन्हूं खेड़ता ही उहदे नाल। हां लो गाइस, ये तो कुदरत का खेल, इन्हें तो मर जाना, वैसे भी चूहे ने बचना तो है नहीं, गल लगे हुए आओ देखो सामने। चोन तो बचा सकते ही, पर की कर सकते हैं ना, कुदरत हुण उन्हें भी की पता खाना होना, भुख जे आप इतने आते ही ना, फिर भी मर जाना ही उन्हें। सही आ, की करिए गाइस, ये नहीं कि अं चूहे ही नहीं बचाने, अं तो चूहा भी नहीं मारी दा, अं भजा दई दा, जिवें निकलते आ, जिवें कि खेतों खुतों चो निकलते ना, चूहे भी भजा दई दे। डैडी हुण कहिंदे हुंदे मारो मारो वट्टे, पर ना ਉਹ ਭਜਾ ਦੇਈ ਦੇ ਜ਼ਿਆਦਾਤਰ ਨਿਕਲ ਜਾਂਦੇ ਉਹ। ਫਿਰ ਚਲੋ ਬਈ, ਖਵਾਤਾ ਇਹਨਾਂ ਨੂੰ ਨਹੀਂ ਅੱਜ, ਇਹਨਾਂ ਨੂੰ ਬੜੇ ਤਰਸਦੇ ਸੀ ਦੋਵੇਂ, ਮੈਨੂੰ ਖਵਾਇਆ, ਖਵਾ ਹੀ ਦਿੱਤਾ ਹੋਵੇ ਪੀਨਟ, ਮੈਂ ਦੇਖੋ ਦਾਦਾ ਇਹਨੇ ਤਾਂ ਖਾ ਹੀ ਲਿਆ। ਹਾਂ ਮੈਲਟਿੰਗ, ਕੀ ਮੈਲਟਿੰਗ ਪੇਸਟੀ ਅਸੀਂ ਖਾਣ ਦੇ, ਦੇਖੋ ਆ ਵੀ ਖਾ ਵੀ ਕਈ ਵੇਲੇ, ਮੈਂ ਹਜੇ ਇੰਨੀ ਖਾਣੀ, ਉਹਨੇ ਖਾ ਵੀ ਲਈ। ਚਲੋ ਬਈ, ਹੁਣ ਅਸੀਂ ਇਹਨਾਂ, ਮੈਂ ਇਹਨੂੰ ਬੜੀਆਂ ਪੇਸਟਾਂ ਖਵਾਈਆਂ, ਤੂੰ ਮੈਂ ਫਿਰ ਮੈਂ ਹੁਣ ਘਰ ਵੇ ਕਿੰਨਾ ਖਵਾਈਆਂ ਤੂੰ ਮੈਨੂੰ, ਤੂੰ ਕਿੱਥੋਂ ਆਇਆ ਪਿਆ ਸਾਰਾ, ਉੱਤੋਂ ਕਿੱਥੋਂ ਆਇਆ ਮੈਂ, ਰੱਬ ਤੋਂ, ਤੂੰ ਕੋਹ ਨਾ ਕਿੱਥੋਂ ਆਏ ਸਾਰੇ, ਨਾਲੇ ਤੂੰ ਮੈਨੂੰ ਖਵਾਉਣ ਵਾਲਾ, ਮੇਰਾ ਮੂੰਹ ਖਾਣ ਵਾਲਾ ਜਿੰਦਾ ਰਵੇ। ਆ ਟਾਫ ਨਹੀਂ ਖਾਦੀ ਹੁੰਦਾ ਇਹਨੂੰ, ਇਹਨੇ ਕੋਈ ਪੇਸਟ ਟਾਫ ਹੈ ਨਹੀਂ, ਇਹ ਚਿੰਗਮ ਨਹੀਂ ਸੁਣਿਆ, ਖੋਏ ਦੇ ਸ਼ਕੀਨ ਚਿੰਗਮਾਂ ਨਹੀਂ ਚੱਬਦੇ, ਬੇਇੱਜ਼ਤੀ ਕਰਾ ਲਈ ਲੈ, ਇਹ ਕੀ ਮੈਂ ਬਣਾਇਆ ਗਾਣਾ। ਤੋ ਗਾਇਸ, ਵਾਪਸ ਚੱਲੇ ਆ ਘਰੇ, ਹੋ ਗਿਆ ਕੰਮ, ਸੋਚਿਆ ਕੁਝ ਹੋਰ ਸੀ ਅੱਜ ਵੀਡੀਓ ਬਾਰੇ, ਤੇ ਬਣ ਕੁਝ ਹੋਰ ਹੀ ਗਿਆ, ਇਹ ਪਤਾ ਤੁਸੀਂ ਵੇਖਣੀ ਤਾਂ ਹੈ ਨਹੀਂ, ਕਿਉਂਕਿ ਮੈਨੂੰ ਪਤਾ ਜ਼ਿਆਦਾਤਰ ਵੇਹਦੇ ਹੀ ਰੈਸਪੀਆਂ ਵਾ ਸਾਰੇ ਲੋਕ, ਸਾਰੇ ਜਾਣੇ, ਮਤਲਬ ਜੇ ਰੈਸਪੀ ਹੋਵੇ ਥੰਬਨੇ ਲਾਈ ਹੋਵੇ ਬਾਹਰ ਰੈਸਪੀ ਵੇਖਣੀ, ਜੇ ਕੋਈ ਮੈਂ ਉਦਾਂ ਵਲੌਗ ਬਣਾਵਾਂ ਉਹ ਤਾਂ ਕੋਈ ਵੇਹਦਾ ਨਹੀਂ, ਕੀ ਕਰਾਂ ਯਾਰ। ਅੱਜ ਵੈਸੇ ਮੰਮੀ ਹੁਣੀ ਕਹਿੰਦੇ ਵੀ ਅੱਜ ਸਾਗ ਬਣਾਉਣਾ ਵਾ, ਤੇ ਆਪਾਂ ਨਾ ਪੁੱਲ ਤੋਂ ਲੈ ਕੇ ਆਉਣੇ ਆ ਸਾਗ, ਤੇ ਅੱਜ ਸਾਗ ਦੇ ਨਾਲ ਰੋਟੀਆਂ ਖਾਵਾਂਗੇ, ਮਜ਼ਾ ਲਵਾਂਗੇ। ਤੇ ਮੌਸਮ ਜਿਹੜਾ ਫਿਲਹਾਲ ਦੇਖ ਲਓ ਇਦਾਂ ਦਾ ਹੋ ਗਿਆ, ਦੇਖੋ ਮਤਲਬ ਮੀਂਹ ਟਾਈਪ, ਅੱਜ ਮੀਂਹ ਵੀ ਪਿਆ ਵਾਧੂ, ਉਹ ਤਾਂ ਤੁਹਾਨੂੰ ਪਤਾ ਹੀ ਆ, ਤੁਹਾਡੇ ਵੀ ਪਿਆ ਹੋਣਾ, ਦੇਖੋ ਪੱਲੀ ਪਲਾਈ ਉੱਥੇ ਲਾਪਰੀ ਉਹਨਾਂ ਨੇ ਉਹ ਬਣਾਏ ਸੀ ਪਕੌੜੇ, ਤੇ ਦੇਖੋ ਮੌਸਮ ਬੱਦਲ ਬੱਦਲ, ਠੰਡ ਬਹੁਤ ਲੱਗਦੀ, ਇਸ ਕਰਕੇ ਮੈਂ ਨਾ ਅੱਜ ਫਿਰ ਕੋਟੀ ਆ ਪਾ ਲਈ, ਤਾਂ ਨਿੱਘਾ ਇਹਦੇ ਨਾਲ ਆਉਣ ਡਈ। ਇਹ ਲਾਪਰੀ ਤੇ ਵੀ ਵੱਡੀ ਸੀ ਨਾ, ਅੱਜ ਪਾਲਕ ਨਹੀਂ ਕੀਤਾ, ਪਕੌੜੇ ਨਹੀਂ ਕੱਢੇ ਮੰਮੀ, ਅੱਜ ਕਰ ਦੇਣਾ ਵੱਡੀ ਸੀ। ਹੁਣ ਤਾਂ ਗਾਇਸ ਧੁੱਪਾਂ ਡਿੱਕਿਆ ਕਰਾਂਗੇ ਰੋਜ਼ ਹੀ, ਧੁੱਪ ਧੁੱਪ ਕਦੋਂ ਨਿਕਲਣੀ ਆ, ਧੁੱਪ ਕਦੋਂ ਨਿਕਲਣੀ ਆ, ਪਰ ਧੁੱਪ ਨਿਕਲਿਆ ਨਹੀਂ ਕਰਨੀ, ਧੁੱਪ ਨੇ ਆਪਦੇ ਟਾਈਮ ਤੇ ਆਇਆ ਕਰਨਾ। ਚਲੋ ਜੀ ਬਹਿ ਜਾਓ, ਵੇਖੀ ਮੰਮੀ ਨੂੰ ਠਾ ਤਾ ਕਿ ਨਹੀਂ, ਜਦੋਂ ਵਲੌਗ ਬਣਾਉਣ ਲੱਗ ਪਓ ਮੰਮੀ ਆਪ ਹੀ ਉੱਠ ਗਈ, ਉੱਦਾਂ ਬਹਿਣਾ ਸੀ ਮੰਮੀ, ਨਹੀਂ ਹੁੰਦਾ ਕੋਈ ਚੱਕਰ ਨਹੀਂ। ਚਲੋ ਹੁਣ ਆਪਾਂ ਨਾ ਕਰਦ ਲਿਆਂਦੀ ਹੋਈ ਆ, ਅਤੇ ਕਰਦਨਾ ਆਪਾਂ ਨਾ ਤੋੜ ਤੋੜ ਕੇ ਲਿਫਾਫਾ ਥੱਲੇ ਆਏ ਹਾਂ, ਤਾਂ ਸਭ ਤੋਂ ਜ਼ਿਆਦਾ ਆਪਾਂ ਇਹਦੇ 'ਚ ਤੋੜ ਲੈਣਾ ਆ ਕੁਛ ਛੇਜਾ ਪਾ ਲੈਣਾ, ਮੰਮੀ ਪਿਛਲੀ ਵਾਰੀ ਬੜਾ ਸਵਾਦ ਬਣਿਆ ਸੀ, ਅਤੇ ਇਸ ਲਈ ਆਪਾਂ ਛੇਜਾ ਵੀ ਥੋੜ੍ਹਾ ਤੋੜ ਕੇ ਲਿਜਾਵਾਂਗੇ, ਅਤੇ ਥੋੜ੍ਹੀ ਜਿਹੀ ਪਾਲਕ, ਅਤੇ ਵਿੱਚ ਥੋੜ੍ਹਾ ਥੋੜ੍ਹਾ ਬਾਥੂ ਆ, ਕਈ ਕੁਛ ਰਲਵਾਂ ਮਿਲਵਾਂ ਆਪਾਂ ਲੈ ਜਾਣਾ। ਕੁਆਲਿਟੀ ਦੇਖੋ ਗਾਇਸ, ਕੁਆਲਿਟੀ ਆ, ਫਰੰਟ ਕੈਮਰੇ ਦੀ ਕੁਆਲਿਟੀ ਆ, ਬੈਕ ਕੈਮਰੇ ਦੀ ਕੁਆਲਿਟੀ।
चलो आप तोड़ के लै जाइए फिर घरे जाके साग बनाने तो खाने वाह वाह तोड़ लो एना हो घट जाए फिर ना क्यों आप मंग भी मंगी रही नंगी की कही मंग भी मंगी की किवें हुंदा वो सिस्टम जा है ना एवे ना हो इसलिए वध तोड़ ही लो साग देखो गाय साहब देखो कुत्तियां दा घर इत्थे सानू मिलिया इहदे विच ना कुत्ती आपदे बच्चियां नूं भौंदी होणी वेखो घर जिहा विच टकाया होया वाह की पता हुण बहिंदे ही हुणे रात नूं आके बहि जा निग इत्थे वध होणी आ चलो बई चलिए साग तोड़ लिया वाधू आप तो कुछ मम्मी दे हाथ चा आ जाओ हुण असीं साग बनाउण दी तैयारी करदे पए बारिश होण लग पई मीह पैंदा पिया तुहानूं छोटियां छोटियां किनमें दिखाउणा वा वेखो इधर निक्की निक्की किनमें होण डई आ बाकी सानूं मीह दा कोई डर नहीं पैंदी पई थोड़ी थोड़ी कणी किनमें ते क्योंकि असीं इत्थे पल्ली दा अरेंजमेंट पहले कीता पिया जिहड़ी किनमें पऊगी वी उहदा वी कोई डर नहीं आपां नूं 4:45 हो गया नेरा होण वाला वा वैसे तां सियाल च तुहानूं पता ही आ छेती नेरा आ जांदा ते गर्मियां च वाह वाह वड्डे वड्डे दिन हुंदे आ ते चल कोई नहीं नेरा हो भी गया तां वी आपां नेरे बना के खा लैणा जिन्ना वी टाइम लगना असीं वैसे वी नेरे रोटी खाई दी आ ते कई चल छेती खा लैंदे कई नेरे खांदे आ ते बाकी आपां हुण इक कट चीर लईए सारे साग नूं घूमन चलिया बाहर साग कुतरा कतरा आई ए तुरदा ही नहीं गा ए के ना बड़ा गंदा टोका वा पता की मम्मी फस जांदा मुंह ही छोटा एदा मैं ताना दूजे वड्डे टोके ते लाल वे जड़ा अपना वा मिंटो मिंट चर 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 हो जानी है ना थले परात कर दे सारा मिंटो मिंट कुतरिया जाना ओहदे नाल गाइस इदा देखो अज तो मिर्चा भी विच्चे ही कुतरन डे असी ए तो स्वाद वखरे तरीके का साग बना डे बड़िया चीजा इहदे च पाइया असी की पाया मई गाजरां दा जिहड़ा छेजा नहीं हुंदा ओह भी पाया वा हरियां हरियां मिर्चा भी कई कुछ इहदे च रला मिला के मेथे मूथे बड़ा कुछ साग चा ए आ दवाई भी आ इक हिसाब नाल साग वधिया चीज आ खाणी हुंदी सारा साग कुतर लिया आपा हुण इहनूं सारे नूं सिट के चल जी धो लिया धो के टका दे सुक गया ना नाल बस टोका खराब हो जाणा चंगी तरह गेड के पट्ठे पुट्ठे कढ के लियाई चलो मम्मी विच सिटो पहला भी थोड़ा विच सिटता ही हुण होर वाओ अज बननी साग दा साग दे नाल रोटी खावांगी जिन्ना मर्जी नेरा हो जे मम्मी हां मिर्च सुई किदां कुतरी आ इहदा ना पा दे विच ही मिर्चा कुतरियां पईयां चमक किन्नी वजदी पई देखो पता क्यों वजन डई चमक लाइट लाई हुई आपां लाइट लगी ते रोटियां भी खा लांगे महारानी आ गई महारानी कित्थों दी महारानी मझां दी रोची पक गई है यहाँ पे नहीं पकी जो पक गई बुला लेना महारानी वेट कर रही है महारानी खुद ला रोटी आन के सीटियां हुण वजदियां फिरदियां हजे भी गाय देखो इन्ना टाइम लगता वा साग बनते किन्नियां मम्मी सीटियां वज गईयां वा पंज छे ज्यादियां वज गईयां वा नहीं बहुत वज गईयां गाय बड़े चिर दा रखिया होया मेरे हिसाब ना घंटा हो गया रखे नूं चलो बई इधर पकन डी देखो रोटियां अहीं तां अज्ज ओही खाण लगे दूजियां कणक वालियां ही ते पिछली बारी मक्की दीयां रोटियां खादियां हैगियां ते बाकी उधर साग बन गया ते उन्ना चिर आपां पता की करदे आ टमाटर कट के ते नाले मूलियां कट लईए सलाद बना लईए जी हुण आपां कट्टण लगे आ सैलड ठीक है मूलियां हैगियां ते टमाटर हैगे आ जिस कारण मिंट मिंट कट दे ਮੂਲੀਆਂ ਦੇ ਨਾਲ ਨਾਲ ਸਵਾਦ ਤਾਂ ਲੱਗੂ ਵਾਹ ਮੂਲੀ ਕਿਹੋ ਜੀ ਆਪਣੀਆਂ ਤੇ ਕੌੜੀਆਂ ਬੜੀਆਂ ਦੱਸੀ ਇਹ ਮੈਨੂੰ ਖਾ ਕੇ ਕਿਵੇਂ ਦੀ ਆ ਘੈਂਟ ਆ ਘੈਂਟ ਆ ਨਾ ਆ ਹੁਣ ਟਮਾਟਰ ਕੱਟ ਲਏ ਮੈਂ ਸਲਾਦ ਵੀ ਕੱਟ ਲਿਆ ਵਾ ਤੇ ਇਧਰ ਹੁਣ ਰੋਟੀਆਂ ਪੱਕ ਜਾਣ ਤੇ ਹੁਣ ਸਾਗ ਬਣ ਗਿਆ ਹੁਣ ਘੋਟਣਾ ਵਾਲਾ ਹੀ ਰਹਿ ਗਿਆ ਬਸ ਫੇ ਆਪਾਂ ਖਾਂਦੇ ਆ ਤੇ ਟਾਈਮ ਤੁਹਾਨੂੰ ਦੱਸਾਂ
टाइम साढ़े सात ही होए हजे वेख लो हुण साग अपना बन गया हुण आलण पाउण लग्गिआं फिर इहनूं कोट लैणा आपां चंगी तरह कोट नहीं ना बस देखो इधर किन्नी वधिया हवा चलदी रोज़को वेखदा वी इह की बणिआ वा की कमाई जांदी आ इह लग्गिआ साग नाल रोटी खाण ठीक है लस्सी लुस्सी बणाई आ कि नहीं रज्जी ओदां ही बहि गई खानी रोटी हवा चलदी पई खानी खाना खा के जाना है खाना खा के जाना है पता क्या इस क्या बात है हमें ना कुतरा हुआ ज्यादा पसंद नहीं है अब हम यही कहेंगे वैसे तो सिर्फ लस्सी भी खानी ही दही भी होना चाहिए लस्सी भी खानी सी वाह 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 रे मेरे बेटी बाबा क्योंकि है नहीं ना बोले पुट्ठा ही जांदा ओके मैं मम्मी पींदा वा हुण है नहीं है इदां ही कहना मम्मी तू भी नहीं रात नु एवें ही हुंदा वा जदों ना होवे ना फिर बंदा कहंदा रात नु कौन लस्सी पींदा नहीं लस्सी सच्ची नहीं आगी ना दही है खाना बस अपने को मेन चीजा मम्मी घ्यो हैगा देसी यार जिस करन वरी कुछ भी नहीं हैगा घ्यो देसी भी नहीं हैगा हां यार तरस ही आउंदा बेचारी तरस किसे ते नहीं करना चाहिदा किन्नी करी खावा डैडी ਲਈ ਸਪੈਸ਼ਲ ਰੋਟੀ ਅੰਦਰ ਜਾਂਦੀ ਆ ਚਲੋ ਗਾਇਸ ਸਾਰਿਆਂ ਨੇ ਰੋਟੀ ਖਾ ਲਈ ਆ ਸਾਰਿਆਂ ਨੇ ਖਾ ਲਈ ਤੇ ਸਾਗ ਦਾ ਰਿਵਿਊ ਉਦਨ ਜਿਹੜੀ ਮੱਕੀ ਦੀ ਰੋਟੀ ਪਕਾਈ ਸੀ ਨਾ ਉਦਨ ਨਾਲੋਂ ਵੀ ਅੱਜ ਘੈਂਟ ਬਣਿਆ ਇਹ ਨਹੀਂ ਕਿ ਮੈਂ ਵਲੌਗ ਬਣਾਉਣਾ ਪਿਆ ਮੈਂ ਘੈਂਟ ਦੱਸਣ ਡਿਆ ਮਤਲਬ ਵੈਸੇ ਅੱਜ ਬਹੁਤ ਘੈਂਟ ਬਣਿਆ ਭਾਵਾਂ ਅੱਜ ਦਹੀਂ ਨਹੀਂ ਹੈਗਾ ਸੀਗਾ ਲੱਸੀ ਨਹੀਂ ਹੈਗੀ ਪਰ ਸਵਾਦ ਬਹੁਤ ਸੀ ਬਾਕੀ ਹੁਣ ਸਾਰਿਆਂ ਨੇ ਖਾ ਲਈ ਹਵਾ ਚੱਲਣ ਜਾਈ ਹੁਣ ਠੰਡ ਚੱਲਣ ਡਈ ਹੁਣ ਹਵਾ ਚੱਲਣ ਡਈ ਠੰਡੀ ਠੰਡੀ ਅਤੇ ਠੰਡ ਤੁਹਾਨੂੰ ਪਤਾ ਹੁਣ ਹੋ ਜਾਣੀ ਆ ਅਤੇ ਚਲੋ ਵਲੌਗ ਦਾ ਐਂਡ ਕਰਦੇ ਹਾਂ ਜੇ ਤੁਹਾਨੂੰ ਵਧੀਆ ਲੱਗਾ ਇਹ ਵਲੌਗ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਬਾਏ